ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੱਲ੍ਹ ਸ਼ਾਮ ਮੌਸਮ ਬਹੁਤ ਸੋਹਣਾ ਹੋ ਗਿਆ ਸੀ, ਹਵਾ ਬਹੁਤ ਹੀ ਅੱਛੀ ਚੱਲ ਰਹੀ ਸੀ ਅਤੇ ਸੋਨੂੰ ਪਤੰਗ ਉਡਾ ਰਹੇ ਸੀ ਅਤੇ ਡੋਰ ਵਿੱਚ ਗੁੰਝਲ ਪੈ ਗਏ ਅਤੇ ਉਸਨੂੰ ਗੁੰਝਲ ਕੱਢਦੇ ਕੱਢਦੇ ਹੋਰ ਗੁੰਝਲ ਪੈ ਗਏ। ਫਿਰ ਅਸੀਂ ਹੋਰ ਮੌਸਮ ਇੰਜੋਏ ਕਰਨ ਵਾਸਤੇ ਸੈਰ ਨੂੰ ਚੱਲ ਪਏ ਅਤੇ ਫਿਰ ਰਾਤ ਹੋ ਗਈ ਜ਼ਿਆਦਾ। ਫਿਰ ਅਸੀਂ ਬਾਜ਼ਾਰੋਂ ਹੀ ਦਾਲ ਲਿਆਂਦੀ ਅਤੇ ਘਰ ਆਏ ਵਾਪਸ ਅਤੇ ਹਰਸ਼ ਵਾਸਤੇ ਪੈਕਟਸ ਲਿਆਂਦੇ ਅਤੇ ਉਹ ਪੈਕਟਸ ਦੇ ਕੇ ਬਹੁਤ ਖੁਸ਼ ਹੋਇਆ। ਅਤੇ ਮੈਂ ਇੱਕ ਸਟ੍ਰੀਕਸ ਦਾ 7.3 ਕਲਰ ਲਿਆਂਦਾ, ਉਹ ਮੈਂ ਕਿਹਾ ਚਲ ਟਰਾਈ ਕਰੀਏ, ਫਸਟ ਟਾਈਮ ਲਿਆਂਦਾ, ਚਲੋ ਆਪ ਦੇਖਦੇ ਹਾਂ ਅਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ।